ਕਿਹੜੀ ਨਾਰਾਜ਼ਗੀ ਦੇ ਦਿੰਦੇ ਹੋ? ਨਾਰਾਜ਼ਗੀ ਵਾਲੀ ਕੋਈ ਹੈ ਨਹੀਂ ਸਪੀਕਰ। ਕਿਹੜੀ ਨਾਰਾਜ਼ਗੀ ਦੇ ਦਿੰਦੇ ਹੋ? ਨਾਰਾਜ਼ਗੀ ਵਾਲੀ ਕੋਈ ਹੈ ਨਹੀਂ ਸਪੀਕਰ। ਕਿਹੜੀ ਨਾਰਾਜ਼ਗੀ ਦੇ ਦਿੰਦੇ ਹੋ? ਨਾਰਾਜ਼ਗੀ ਵਾਲੀ ਕੋਈ ਹੈ ਨਹੀਂ ਸਪੀਕਰ। ਗੁਰਦਾਸਪੁਰ ਮੇਂ ਰੋਜ਼ਗਾਰ ਮੇਲੇ ਕਾ ਆਯੋਜਨ ਕੀਆ ਗਿਆ। ਇਸ ਰੋਜ਼ਗਾਰ ਮੇਲੇ ਮੇਂ ਕੇਂਦਰ ਸਰਕਾਰ ਕੀ ਔਰ ਸੇ ਚਲਾਈ ਜਾ ਰਹੀ ਯੋਜਨਾਓਂ ਕੇ ਤਹਿਤ 80 ਯੁਵਾਓਂ ਕੋ ਡਾਟਾ ਐਂਟਰੀ ਆਪਰੇਟਰ ਕੀ ਨੌਕਰੀਆਂ ਦੀ ਗਈ। ਇਸ ਮੇਲੇ ਮੇਂ ਗੁਰਦਾਸਪੁਰ ਕੇ ਸਾਂਸਦ ਸੁਨੀਲ ਜਾਖੜ ਔਰ ਵਿਧਾਨ ਸਭਾ ਹਲਕਾ ਗੁਰਦਾਸਪੁਰ ਕੇ ਵਿਧਾਇਕ ਬਰਿੰਦਰ ਮੀਤ ਸਿੰਘ ਪਾੜਾ ਵਿਸ਼ੇਸ਼ ਰੂਪ ਸੇ ਸ਼ਾਮਿਲ ਹੋਏ। ਵਹੀਂ ਸਾਂਸਦ ਸੁਨੀਲ ਜਾਖੜ ਬੋਲੇ, ਪੰਜਾਬ ਹੀ ਨਹੀਂ ਪੂਰੇ ਦੇਸ਼ ਮੇਂ ਬੇਰੁਜ਼ਗਾਰੀ ਕੀ ਸਮੱਸਿਆ ਹੈ। ਪੰਜਾਬ ਮੇਂ ਹਰ ਮਾਹ 10 ਲੱਖ ਔਰ ਦੇਸ਼ ਮੇਂ 1.25 ਲੱਖ ਬੇਰੁਜ਼ਗਾਰ ਆਪਣੀ ਰਜਿਸਟ੍ਰੇਸ਼ਨ ਰੁਜ਼ਗਾਰ ਕਾਰਿਆਲਯੋਂ ਮੇਂ ਕਰਵਾਤੇ ਹੈ। ਨੌਕਰੀ ਪਾਣੇ ਕੇ ਲੀਏ ਕੇਵਲ ਡਿਗਰੀ ਨਹੀਂ ਕਾਬਲੀਅਤ ਕੀ ਵੀ ਜ਼ਰੂਰਤ ਹੈ। ਕੈਪਟਨ ਅਮਰਿੰਦਰ ਸਿੰਘ ਕੀ ਨਾਰਾਜ਼ਗੀ ਪਰ ਜਾਖੜ ਬੋਲੇ, ਕੈਪਟਨ ਸੇ ਕੋਈ ਨਾਰਾਜ਼ਗੀ ਨਹੀਂ ਹੈ। ਕੈਪਟਨ ਨੇ ਜੋ ਪੰਜਾਬ ਕੇ ਲੀਏ ਕੀਆ ਕੋਈ ਔਰ ਨਹੀਂ ਕਰ ਸਕਤਾ। ਪੰਜਾਬ ਪਰ ਭਾਰੀ ਕਰਜ਼ ਕੇ ਬਾਵਜੂਦ ਕਰਜ਼ ਮਾਫ਼ ਕੀਏ ਹੈ ਔਰ ਅਕਾਲੀ ਦਲ ਕੇ ਲੰਬੀ ਕੇ ਇੰਚਾਰਜ ਦਿਆਲ ਸਿੰਘ ਕੋਲਿਆਂ ਵਾਲੀ ਪਰ 1.5 ਕਰੋੜ ਕਾ ਕਰਜ਼ ਹੈ ਔਰ ਬੈਂਕੋ ਕੇ ਕਰਮਚਾਰੀਓਂ ਨੇ ਧਰਨੇ ਲਗਾ ਕਰ ਵਸੂਲਾ ਹੈ। ਮੇਰੇ ਪਾਸ ਸਭ ਕੀ ਲਿਸਟ ਹੈ, ਮੌਕਾ ਆਨੇ ਪਰ ਸਭ ਕੇ ਨਾਮ ਬਤਾਏ ਜਾਏਂਗੇ। ਇੱਕ ਕਦਮ ਹੈ ਜਿਹੜਾ ਸਰਕਾਰ ਵੀ ਆਪਣੇ ਕੰਨੇ ਉਪਰਾਲਾ ਕਰ ਰਹੀ ਹੈ ਅਤੇ ਅੱਜ ਇੱਥੇ ਗੁਰਦਾਸਪੁਰ ਦੇ ਅੰਦਰ ਡਾਕਟਰ ਸੰਜੀਵ ਜੀ ਨੇ ਜਿਸ ਤਰ੍ਹਾਂ ਦਾ ਰੁਜ਼ਗਾਰ ਮੇਲਾ ਲਾਇਆ, ਇੱਥੇ ਕਰੀਬਨ 200 ਤੋਂ ਲੈ ਕੇ 250 ਬੱਚਿਆਂ ਨੂੰ ਰੁਜ਼ਗਾਰ ਦੀ ਆਹ ਜਿਹੜੀ ਪਹਿਲ ਹੈ, ਬਹੁਤ ਮੈਂ ਡਾਕਟਰ ਸਾਹਿਬ ਦਾ ਅਤੇ ਪਾੜਾ ਸਾਹਿਬ ਦਾ ਆਭਾਰੀ ਹਾਂ ਤਾਂ ਕਿ ਆਪਣੇ ਬੱਚਿਆਂ ਨੂੰ ਰੁਜ਼ਗਾਰ ਮਿਲੇ, ਉਹ ਆਪਣਾ ਐਨਰਜੀ ਸਹੀ ਪਾਸੇ ਲਾਉਣ। ਇਹਦੇ ਕਰਕੇ ਇਹਨਾਂ ਨੂੰ ਆਹ ਵੀ ਮੈਂ ਆਸ਼ਵਾਸ਼ ਦਿਵਾਉਂਦਾ ਕਿ ਪੰਜਾਬ ਸਰਕਾਰ ਕਿਰਤਬੱਧ ਹੈ ਕਿ ਅਸੀਂ ਇੱਥੇ ਇਹ ਜਿਹਾ ਪੰਜਾਬ 'ਚ ਸੁਖਾਵਾਂ ਮਾਹੌਲ ਬਣਾਈਏ ਕਿ ਨਾ ਬੱਚਿਆਂ ਨੂੰ ਸਿਰਫ ਰੁਜ਼ਗਾਰ ਮਿਲੇ ਬਲਕਿ ਉਹ ਆਪਣੇ ਰੁਜ਼ਗਾਰ ਦੇਣ ਵਾਲੇ ਬਣ। ਇਹਦੇ ਵਾਸਤੇ ਵੀ ਸਾਡੀ ਸਰਕਾਰ ਦਾ ਬਹੁਤ ਇਹਦੇ 'ਤੇ ਐਮਫੇਸਿਸ ਰਹੂਗਾ। ਕਿਹੜੀ ਨਾਰਾਜ਼ਗੀ ਦੇ ਦਿੰਦੇ? ਨਾਰਾਜ਼ਗੀ ਵਾਲੀ ਕੋਈ ਹੈ ਨਹੀਂ ਸਰ। ਉਹਦੇ ਵਿੱਚ ਕੋਈ ਅਕਾਲੀ ਕਾਂਗਰਸੀ ਦੀ ਗੱਲ ਨਹੀਂ, ਜਿਹੜੇ ਲੋਕ ਜ਼ਰੂਰਤਮੰਦ ਹੈ, ਆਹ ਜਿਹੜੀ ਪੰਜਾਬ ਸਰਕਾਰ ਦੀ ਜਾਂ ਕੈਪਟਨ ਸਾਹਿਬ ਦੀ ਸੋਚ ਹੈ, ਆਹ ਹੈ ਵੀ ਜਿਹੜੇ ਜ਼ਰੂਰਤਮੰਦ ਹੈ ਉਹਨਾਂ ਨੂੰ ਮਿਲੇ। ਜਿਹੜੇ ਲੋਕ ਕਰੋੜ ਕਰੋੜ ਡੇਢ ਡੇਢ ਕਰੋੜ ਰੁਪਇਆ ਸਰਕਾਰ ਦਾ ਲਈ ਬੈਠੇ ਹੈ, ਉਹ ਕਿਸਾਨ ਨਹੀਂ ਹੋ ਸਕਦਾ ਸਾਹਿਬ। ਕਿਸੇ ਕਿਸਾਨ ਨੂੰ ਕੋਈ ਕਿਸਾਨ ਨੂੰ ਤਾਂ ਕੋਈ ਦਵਾਈ ਨਹੀਂ ਦਿੰਦਾ ਸਰ। ਤਾਂ ਡਾਕਟਰ ਮਨਮੋਹਨ ਸਿੰਘ ਜੀ ਨੇ ਜਿਹੜੀ ਆ ਲਿਮਟਾਂ ਵਧਾਈਆਂ ਤਾਂ ਕਿ ਬੈਂਕਾਂ ਨੂੰ ਕੀਤਾ ਇਨਫੋਰਸ ਕੀਤਾ ਵੀ ਤੁਸੀਂ ਕਿਸਾਨਾਂ ਨੂੰ ਕਰਜ਼ੇ ਦਿਓ ਤਾਂ ਜਾ ਕੇ ਕਿਸਾਨਾਂ ਨੂੰ ਪੈਸੇ ਮਿਲਣ ਲੱਗੇ, ਪਰ ਕਈ ਲੋਕਾਂ ਨੇ ਉਹਦੀ ਦੁਰਵਰਤੋਂ ਕਰਕੇ 50 ਏਕੜਾਲਾ ਜਾਂ 30 ਏਕੜਾਲਾ ਜਿਹੜਾ ਕਿਸਾਨ ਹੈ, ਮੈਂ ਸਮਝਦਾ ਜੀ 1.5 ਕਰੋੜ ਰੁਪਇਆ ਲਿਆ ਬੈਠਾ, ਉਸ ਤੋਂ ਪਹਿਲਾਂ ਗਰੀਬ ਦਾ ਹੱਕ ਬਣਦਾ ਜਿਹੜਾ 2.5 ਏਕੜ ਜਾਂ 5 ਏਕੜ ਜਿਹਦੇ ਕੋਲ ਪੈਲੀ ਹੈ ਉਹਦਾ ਹੱਕ ਪਹਿਲਾਂ ਬਣਦਾ, 1.5 ਕਰੋੜ ਰੁਪਇਆ ਲਈ ਬੈਠਿਆ। ਮੈਂ ਇਸ ਗੱਲ ਦੇ ਬਿਲਕੁਲ ਖਿਲਾਫ ਹਾਂ ਵੀ ਉਹਨਾਂ ਦਾ ਕਰਜ਼ਾ ਮਾਫ਼ ਕੀਤਾ ਜਾਵੇ। ਕੋਈ ਕਿਸੇ ਕੈਪਟਨ ਸਾਹਿਬ ਦੀ ਕਿਸੇ ਨਾਲ ਨਾਰਾਜ਼ਗੀ ਨਹੀਂ, ਕੈਪਟਨ ਸਾਹਿਬ ਕਿਸਾਨਾਂ ਵਾਸਤੇ ਜੋ ਕੁਛ ਕੈਪਟਨ ਸਾਹਿਬ ਨੇ ਕੀਤਾ, ਮੈਂ ਸਮਝਦਾ ਕੈਪਟਨ ਸਾਹਿਬ ਨੂੰ ਦੇਖ ਕੇ ਬਾਕੀ ਸਟੇਟਸ ਨੇ ਯੂਪੀ ਨੂੰ ਬਾਅਦ 'ਚ ਕਿਸਾਨਾਂ ਦੀ ਸੁੱਧ ਆਈ, ਮੱਧ ਪ੍ਰਦੇਸ਼ ਨੂੰ ਗੋਲੀਆਂ ਚਲਾ ਕੇ ਉਹਦੇ ਬਾਅਦ ਕੈਪਟਨ ਸਾਹਿਬ ਕੋਈ ਨਹੀਂ ਦੇਖ ਕੇ ਫਿਰ ਉਹਨਾਂ ਨੂੰ ਸੁੱਧ ਆਈ। ਮਹਾਰਾਸ਼ਟਰ ਨੂੰ ਤਾਂ ਕਿਸਾਨ 180 ਕਿਲੋਮੀਟਰ ਚੱਲ ਕੇ ਗਏ। ਕੈਪਟਨ ਸਾਹਿਬ ਨੇ ਕਿਸਾਨਾਂ ਨੂੰ ਪਹਿਲੇ ਸਾਲ ਦੇ ਅੰਦਰ ਬਣਦੇ ਪਹਿਲੇ ਮਹੀਨੇ 'ਚ ਜਿਹੜਾ ਫੈਸਲਾ ਕੀਤਾ ਹੈ ਉਹਦੀ ਮੈਂ ਸਮਝਦਾ ਵੀ ਸਾਰੇ ਕਿਸਾਨ ਸ਼ਲਾਘਾ ਕਰਦੇ ਹੈ ਕਿ ਕਿਸਾਨਾਂ ਦਾ ਐਡਾ ਵੱਡਾ ਇਕੱਠ ਜਿੱਥੇ 485 ਕਰੋੜ ਰੁਪਏ ਦਾ ਕਰਜ਼ਾ ਜਿਹੜਾ ਹੈਗਾ, 74,000 ਕਿਸਾਨਾਂ ਦਾ ਕੱਲ ਕਰਜ਼ਾ ਮਾਫ਼ ਕੀਤਾ ਗਿਆ, ਕੋਈ ਛੋਟੀ ਗੱਲ ਨਹੀਂ। ਜਿਹਦੇ ਵਾਸਤੇ ਉਹਨਾਂ ਦਾ ਉਸ ਵਾਸਤੇ ਕਮਿਟਿਡ ਸੀਗੇ, ਜਿਹੜੇ ਪੰਜਾਬ ਦੇ ਉੱਤੇ 2 ਲੱਖ ਕਰੋੜ ਦਾ ਕਰਜ਼ਾ ਹੋਵੇ ਅਤੇ ਉਹਦੇ ਬਾਵਜੂਦ ਕੈਪਟਨ ਸਾਹਿਬ ਕਰਜ਼ਾ ਮਾਫ਼ ਕਰ ਰਹੇ ਕਿਸਾਨਾਂ ਦਾ, ਆ ਉਹਨਾਂ ਦਾ ਕਿਸਾਨ ਦਾ ਦਰਦ ਸਮਝਦੇ। ਪ੍ਰਾਈਮ ਮਿਨਿਸਟਰ ਵਿਕਾਸ ਕੌਸ਼ਲ ਵਿਕਾਸ ਯੋਜਨਾ ਦੇ ਅਧੀਨ ਜਿਹੜਾ ਕਿ ਸਾਡੇ ਕੋਲ 80 ਬੱਚਿਆਂ ਦੀ ਟ੍ਰੇਨਿੰਗ ਅੱਜ ਤੋਂ 6 ਮਹੀਨੇ ਕੋਰਸ ਸਟਾਰਟ ਹੋਇਆ ਸੀਗਾ। ਬੈਚ 40-40 ਦੇ 2 ਬੈਚ ਅਸੀਂ ਸਟਾਰਟ ਕੀਤੇ ਸੀਗੇ, ਜਿਹੜੇ ਕਿ ਭਾਰਤ ਸਰਕਾਰ ਵੱਲੋਂ ਸੀਗੇ, ਸਕਿੱਲ ਡਿਵੈਲਪਮੈਂਟ ਮਿਨਿਸਟਰੀ ਵੱਲੋਂ। ਉਹਦੇ 'ਚ ਅਸੀਂ 4 ਡਾਟਾ ਐਂਟਰੀ ਆਪਰੇਟਰ ਵਾਸਤੇ 80 ਬੱਚਿਆਂ ਨੂੰ 4 ਮਹੀਨੇ ਦੀ ਟ੍ਰੇਨਿੰਗ ਦਿੱਤੀ। ਟ੍ਰੇਨਿੰਗ ਤੋਂ ਬਾਅਦ NSDC ਵੱਲੋਂ ਇੱਕ ਟੈਸਟ ਲਿਆ ਜਾਂਦਾ, ਔਨਲਾਈਨ ਟੈਸਟ। ਇਹ ਬੱਚਿਆਂ ਦਾ ਟੈਸਟ ਲਿਆ ਗਿਆ ਅਤੇ ਟੈਸਟ 'ਚ ਸਾਡੇ 99% ਬੱਚੇ ਪਾਸ ਹੋਏ। 99% ਬੱਚੇ ਪਾਸ ਹੋਣ ਤੋਂ ਬਾਅਦ, ਕਿਉਂਕਿ 2 ਬੱਚੇ ਐਬਸੈਂਟ ਸੀਗੇ, 99% ਹੋਣ ਤੋਂ ਬਾਅਦ ਫਿਰ ਉਹਨਾਂ ਦਾ ਤੀਸਰਾ ਪੜਾਵ ਸੀਗਾ ਉਹਨਾਂ ਦੀ ਇੰਪਲਾਇਮੈਂਟ ਵਿੱਚ ਮਦਦ ਕਰਨਾ। ਸੋ ਅੱਜ ਅਸੀਂ ਜਿਹੜਾ ਰੋਜ਼ਗਾਰ ਮੇਲਾ ਲਗਾਇਆ ਵਾ, ਬੇਸਿਕਲੀ ਉਸ ਪ੍ਰਪਜ਼ ਵਾਸਤੇ ਲਗਾਇਆ ਵਾ। ਅਵਤਾਰ ਸਿੰਘ, ਦੇਵਾ ਪੰਜਾਬ TV, ਗੁਰਦਾਸਪੁਰ।